ਹਾਂਜੀ ਦੋਸਤੋ ਅੱਜ ਸਿੱਧੂ ਮੂਸੇਵਾਲੇ ਦੇ ਮਾਪਿਆਂ ਤੇ ਜਲੰਧਰ ਦੌਰੇ ਦਾ ਦੂਜਾ ਤੇ ਆਖਰੀ ਦਿਨ ਸੀ ਪਰ ਜਲੰਧਰ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਲੱਖੇ ਸਧਾਨੇ ਨੂੰ ਵੀ ਗੁੱਸਾ ਆ ਗਿਆ ਤੇ ਫਿਰ ਲੱਖੇ ਸਧਾਨੇ ਨੇ ਲਾਈਵ ਹੋ ਕੇ ਸਬੂਤ ਦਿਖਾ ਕੇ ਇਕੱਲੀ-ਇਕੱਲੀ ਗੱਲ ਦਾ ਠੋਕਾਂ ਜਵਾਬ ਦਿੱਤਾ ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਅਖੌਤੀ ਇਨਕਲਾਬੀਆਂ ਦੀ ਜਿਹੜੀ ਸ਼ਰਮਨਾਕ ਕਰਤੂਤ ਅੱਜ ਸਾਹਮਣੇ ਆਈ ਹੈ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਹੋਇਆ ਹੋਣਾ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੋਇਆ ਕਿ ਅੱਜ ਜਲੰਧਰ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਕਿ ਜਿਹਦੇ ਕਾਤਲ ਮੈਂ ਕਹੂੰਗਾ ਇਹਨਾਂ ਦੀ ਸਰਕਾਰ 'ਚ ਬੈਠੇ ਨੇ ਉਹਨਾਂ ਨੂੰ ਕਟਾਰੇ 'ਚ ਖੜਾ ਕਰਨ ਦੀ ਬਜਾਏ ਜੇਲ੍ਹਾਂ ਸੱਟਣ ਦੀ ਬਜਾਏ ਉਹਨਾਂ ਦੇ ਮੁਕੱਦਮੇ ਦਰਜ ਕਰਨ ਦੀ ਬਜਾਏ ਮੂਸੇਵਾਲੇ ਦੇ ਬਾਪੂ ਨੂੰ ਬੇਬੇ ਨੂੰ ਅੱਜ ਜਲੰਧਰ ਦੇ ਚੌਂਕ ਦੇ ਵਿੱਚ ਜਦੋਂ ਉਹ ਕਾਫਲਾ ਲੈ ਕੇ ਆ ਰਹੇ ਸੀ ਤਾਂ ਕਿਵੇਂ ਇਹਨਾਂ ਦੀ ਅਖੌਤੀ ਇਨਕਲਾਬੀਆਂ ਦੇ ਜਿਹੜਾ ਬੁਛੜਾਂ ਦੀ ਸਰਕਾਰ ਨੇ ਕਿਵੇਂ ਉੱਥੇ ਲੋਕਾਂ ਨੂੰ ਖਦੇੜਿਆ ਲੋਕਾਂ ਨੂੰ ਉੱਥੇ ਧੱਕੇ ਮਾਰ ਕੇ ਭਜਾਇਆ ਲੋਕਾਂ ਨੂੰ ਖੜ੍ਹ ਨਹੀਂ ਦਿੱਤਾ ਪਹਿਲਾਂ ਤੁਹਾਨੂੰ ਥੋੜਾ ਜਿਹਾ ਉਹ ਮੈਂ ਤੁਹਾਨੂੰ ਉਹ ਦਿਖਾਉਣਾ ਮੈਂ ਪਹਿਲਾਂ ਦੇਖ ਲਓ ਵੀ ਕਿਵੇਂ ਉੱਥੇ ਅੱਜ ਪੁਲਿਸ ਪ੍ਰਸ਼ਾਸਨ ਨੇ ਉੱਚੇ ਲੋਕਾਂ ਨੂੰ ਖੜਨ ਨਹੀਂ ਦਿੱਤਾ ਜਦੋਂ ਕਾਫਲੇ ਦੇ ਰੂਪ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਾਪੂ ਉੱਥੇ ਆ ਰਿਹਾ ਸੀਗਾ ਆ ਦੇਖੋ ਪਹਿਲਾਂ ਦੇਖੋ ਕਿਵੇਂ ਧੱਕੇ ਮਾਰਦੇ ਆ ਉੱਥੇ ਖੁਮੜਾ ਯਾ 1 ਮਿੰਟ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਵੀ ਕਿਵੇਂ ਉੱਥੇ ਆਹਾ ਦਿਖਦਾ ਹੋਣਾ ਤੁਹਾਨੂੰ ਨਜ਼ਰ ਆਉਂਦਾ ਹੋਣਾ ਜਮਣੀ ਦੀ ਇਹਦੀ ਆਵਾਜ਼ ਬੂਜੀ ਕਿੱਥੋਂ ਚੱਲੂ ਹੋ ਆ ਜਿਹੇ ਨਹੀਂ ਦੀ ਬਾਜ ਅੱਜ ਉੱਥੋਂ ਦਾ ਹੈ ਜਲੰਧਰ ਦੇ ਚੌਂਕ ਦਾ ਉਹ ਕਰ ਰਹੇ ਨੇ ਇਹ ਲੀਗਲ ਐਕਸ਼ਨ ਹੋ ਸਕਦਾ ਇਹ ਬੋਲ ਰਹੇ ਆ ਪੁਲਿਸ ਵਾਲੇ ਵੀ ਚਾਰ ਬੰਦਿਆਂ ਦੇ ਇਕੱਠ ਤੋਂ ਵੱਧ ਉੱਥੇ ਮਨਾਹੀ ਆ ਚਾਰ ਬੰਦਿਆਂ ਦਾ ਇਕੱਠ ਨਹੀਂ ਹੋਣ ਦੇਣਾ ਵੋਟਾਂ ਦੇ ਵਿੱਚ ਸਾਰੀਆਂ ਪਾਰਟੀਆਂ ਸਾਰੀਆਂ ਧਿਰਾਂ ਉੱਥੇ ਰੈਲੀਆਂ ਕਰ ਰਹੀਆਂ ਨੇ ਪਰ ਜਦੋਂ ਅੱਜ ਮੂਸੇ ਵਾਲੇ ਦਾ ਅਨਸਾਫ਼ ਲੈਣ ਦੇ ਲਈ ਉਸ ਪੀੜਤ ਬਾਬ ਤੇ ਉਹ ਸਪੀਡ ਤੇ ਮਾਂ ਜਿਹੜੇ ਕੱਲ ਦੇ ਜਲੰਧਰ ਦੇ ਵਿੱਚ ਗਏ ਨੇ ਪਹਿਲਾਂ ਦਾ ਪਰਸੋਂ ਦੀ ਗੱਲ ਸੁਣ ਲਓ ਸਾਰਾ ਦਿਨ ਆਈਜੀ ਸਿੱਧੂ ਮੂਸੇ ਵਾਲੇ ਦੇ ਘਰ ਆ ਕੇ ਬੈਠਾ ਰਿਹਾ ਇਕੋ ਹੀ ਗੱਲ ਜਦੋਂ 6 ਘੰਟੇ ਆਈਜੀ ਨੇ ਜ਼ੋਰ ਪਾਇਆ ਸਿੱਧੂ ਮੂਸੇ ਵਾਲੇ ਦੇ ਬਾਪੂ ਨੂੰ ਇਹ ਕਿਹਾ ਕਿ ਤੂੰ ਜਲੰਧਰ ਨਹੀਂ ਜਾਣਾ ਤੂੰ ਜਲੰਧਰ ਨਹੀਂ ਜਾਣਾ ਕਿਉਂ ਬਈ ਸ਼ਰਮ ਆ ਮ ਉਹਦੇ ਕਾਤਲ ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਦੇਣ ਹਾਲੇ ਤੱਕ ਇਹ ਬੁੱੱਛੜ ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ ਵੀ ਜੇ ਲੋਕ ਕਿਹੜੀ ਸੀ ਹਾਲੇ ਤੱਕ ਕੋਈ ਲਾਰੈਂਸ ਦੇ ਉੱਤੇ ਕਾਰਵਾਈ ਨਹੀਂ ਹੋਈ ਕੋਈ ਮੁਕਦਮਾਦਾਰ ਦੇ ਨਹੀਂ ਕੋਈ ਪੜਤਾਲ ਨਹੀਂ ਕੋਈ ਜਾਂਚ ਨਹੀਂ ਕੋਈ ਸੈੱਟ ਨਹੀਂ ਕੋਈ ਟੀਮ ਨਹੀਂ ਬਣਾਈ ਇਹ ਜੇ ਉਹ ਬੰਦਾ ਕੁ ਦੁਖਿਆਰੀ ਬੰਦਾ ਕੁ ਦੁਖੀ ਬੰਦਾ ਇਨਾ ਬੇਨਾ ਦਰਦ ਦਰ ਭਟਕਦਾ ਫਿਰਦਾ ਆਪਣੇ ਪੁੱਤ ਦੇ ਇਨਸਾਫ ਦੇ ਲਈ ਜਲੰਧਰ ਇਹਨਾਂ ਖੌਤੀਆਂ ਦੇ ਮੂੰਹ ਤੇ ਚਪੇੜ ਮਾਰਨ ਗਿਆ ਲੋਕਾਂ ਨੂੰ ਆਪਣਾ ਦੁੱਖ ਸੁਣਾਉਣ ਗਿਆ ਇਹਨਾਂ ਬੱਚੜਾਂ ਨੇ ਜਿਹਦੇ ਨਾਲ ਕੀ ਕੀਤੀ ਉੱਥੇ ਉਹਦਾ ਦੁੱਖ ਵੰਡਾਉਣ ਆਏ ਜਿੰਨੇ ਲੋਕ ਸੀ ਨੌਜਵਾਨ ਸੀ ਸ਼ਰ੍ਹਾ ਆਮਾ ਪੁਲਿਸ ਨੇ ਧੱਕੇ ਨਾਲ ਉੱਥੋਂ ਭਜਾਏ ਆ ਕਿ ਇੱਥੇ ਜੀ ਪਰਮਿਸ਼ਨ ਨਹੀਂ ਜੀ ਬਹਾਨਾ ਬਣਾ ਲਿਆ ਕਾਫਲੇ ਦੀਆਂ ਕਾਹਦੀਆਂ ਪਰਮਿਸ਼ਨਾਂ ਆਉਂਦੀਆਂ ਕਾਫਲੇ ਲੋ ਜਿੱਥੇ ਮਰਜ਼ੀ ਖੜ੍ਹ ਜਾਣਾ ਰੈਲੀ ਵਾਲੀ ਜਗ੍ਹਾ ਦੀ ਜਿਹੜੀ ਮਨਜ਼ੂਰੀ ਲੈਣੀ ਪੈਂਦੀ ਹੈ ਜੇ ਰੈਲੀ ਕਰਨੀ ਹੈ ਜੋਸੇ ਕਾਫਲਾ ਲੰਘਣਾ ਰਾਤ ਚ ਛੋੜੀ ਹਰ ਥਾਂ ਦੀ ਸਾਰੀ ਛੱਕਰੀ ਮਨਜ਼ੂਰੀ ਲੈਣੀ ਪਊਗੀ ਵੀ ਇੱਥੇ ਵੀ ਮਨਜ਼ੂਰੀ ਇੱਥੇ ਵੀ ਮਨਜ਼ੂਰੀ ਜਾਣੇ ਜਾਣਬੁੱਝ ਕੇ ਬਹਾਨਾ ਪਹਿਲਾਂ ਆਈਜੀ ਦਾ ਆ ਕੇ ਉਹਦੇ ਘਰੇ ਇਹ ਗੱਲ ਦੇ ਉੱਤੇ ਜ਼ੋਰ ਪਾਉਣਾ ਮਨਾਉਣਾ ਕਿ ਤੂੰ ਜਲੰਧਰ ਨਹੀਂ ਜਾਣਾ ਫਿਰ ਜੋ ਜਲੰਧਰ ਚਲਿਆ ਗਿਆ ਫਿਰ ਆਹ ਕਰਤੂਤ ਕੀਤੀ ਐ ਸੋ ਪੰਜਾਬ ਦੇ ਲੋਕੋ ਏਸ ਬੰਦੇ ਨੇ ਪੰਜਾਬ ਦਾ ਜਿਹੜਾ ਬੜਾ ਹਰਮਨ ਪਿਆਰਾ ਲੋਕਾਂ ਦੇ ਅੱਖਾਂ ਦੇ ਬਿਠਾਇਆ ਲੋਕਾਂ ਦਾ ਮਾਣ ਬਣਿਆ बड़े-बड़े दमगजे मार के आया, बढ़िया-बढ़िया गल्ला करके आया। सब तो ਵੱਧ ਆ ਇਸ ਸਮੇ ਸਭ ਤੋਂ ਵੱਧ ਜੇ ਲੋਕਾਂ ਨੂੰ ਕੋਈ ਗਮਰਾਹ ਕਰ ਰਿਹਾ ਪੰਜਾਬ ਦੇ ਮੁੱਦਿਆਂ ਤੇ ਲੈ ਕੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਤਾਂ ਸਭ ਤੋਂ ਵੱਧ ਬੰਦਾ ਗਮਰਾਹ ਭਵਨ ਸਿੰਘ ਮਾਨ ਕਰ ਰਿਹਾ ਇਹਦੀ ਸਰਕਾਰ ਕਰ ਰਹੀ ਹੈ। ਸਭ ਤੋਂ ਵੱਧ ਆਪਾਂ ਦਾ ਕਹਿੰਦਾ ਸੁਖਬੀਰ ਬਾਦਲ ਬਹੁਤ ਗੱਪ ਮਾਰਦਾ ਹੈ। ਮੈਂ ਕਹਿੰਦਾ ਉਦੋਂ ਵੀ ਕਿਤੇ ਜਿਆਦਾ ਟੱਪ ਗਿਆ ਹੈ। ਸੁਣ ਲਿਆ ਕਰੋ ਇਹਦੇ ਭਾਸ਼ਣ। ਕਿਵੇਂ ਲੋਕਾਂ ਨੂੰ ਲਪੇਟ-ਲਪੇਟ ਕੇ ਗੱਲਾਂ ਦੇ ਬੱਚਾ ਕਿਵੇਂ ਇਹ ਉਹੀ ਗਮਰਾਹਕਨ ਪ੍ਰਚਾਰ ਉਹੀ ਗੱਲਾਂ ਕਿ ਮੈਂ ਖਾਸ ਆਮ ਕਰਦਾ ਜਵਾਕ ਬਹਿ ਗਿਆ ਜੀ ਇਹਨਾਂ ਨੂੰ ਬਰਦਾਸ਼ਤ ਨਾ ਤੂੰ ਆਮ ਕਿੱਥੇ ਰਹਿ ਗਿਆ ਸਭ ਤੋਂ ਵੱਧ ਗੱਡੀਆਂ ਦਾ ਕਾਫਲਾ ਤੇਰੇ ਨਾਲ ਤੇਰੇ ਪਰਿਵਾਰ ਨਾਲ ਪੰਜ ਘਰ ਤੇਰੇ ਕੋਲੇ ਸਭ ਤੋਂ ਜ਼ਿਆਦਾ ਇਸ ਸਮੇਂ ਮਹਿੰਗੀਆਂ ਗੱਡੀਆਂ ਤੂੰ ਘੁੰਮਦਾ ਮਹਿੰਗੇ ਸਭ ਤੋਂ ਕੱਪੜੇ ਬ੍ਰਾਂਡਡ ਪਤਾ ਨਹੀਂ ਕਿਹੜੇ-ਕਿਹੜੇ ਉਹ ਕਹਿੰਦੇ ਦਸਿਆ ਦੇ ਲੀਡਰ ਪਤਾ ਨਹੀਂ ਕੈ ਕ ਲੱਖ ਦੇ ਬੂਟ ਤੂੰ ਪਾਉਣਾ ਆਪਣਾ ਜਿਹੜਾ ਇੱਕ ਵਾਰੀ ਪਾ ਲੈਣਾ ਉਤੋਂ ਦੀ ਆ ਜਾਗਟ ਜੀ ਉਹ ਮੁੜ ਕੇ ਪਾਉਂਦਾ ਨਹੀਂ ਤੂੰ ਆਵਾ ਮੈਂ ਜੇ ਤੂੰ ਆਵਾ ਤਾਂ ਫਿਰ ਬਸ ਸੁਣ ਸਰਿਆ ਪਿਆ ਦੁਨੀਆ ਦਾ ਜਿਹੜੀਆਂ ਗੱਲਾਂ ਬੰਦਾ ਹੈ ਕਰਕੇ ਯਾਰ ਆਇਆ ਸਰਕਾਰ ਦੇ ਵਿੱਚ ਅੱਜ ਇਹ ਕੀ ਕਰ ਰਿਹਾ ਉਹ ਕੱਲੇ ਮੂਸੇ ਵਾਲੇ ਦਾ ਮੂਸੇ ਵਾਲਾ ਮੈਂ ਕਹਿਣਾ ਜਿਹੜਾ ਸਿੱਧੂ ਮੂਸੇ ਵਾਲਾ ਮਰਿਆ ਉਹ ਕੱਲੇ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ ਉਹ ਪੂਰੇ ਪੰਜਾਬ ਦਾ ਪੁੱਤ ਹੈ ਹਰ ਪੰਜਾਬ ਦਰਦੀ ਨੂੰ ਦੁੱਖ ਹੈ ਤੇਰੀ ਮਜਾਲ ਨਹੀਂ ਤੇਰੀ ਜੁਰਤ ਨਹੀਂ ਭਵੰਸਿਆ ਤੂੰ ਲਾਉਂਸ ਨੂੰ ਇਸ ਮਸਲੇ ਤੇ ਲਿਆ ਕੇ ਤੇਰੀ ਪੁਲਿਸ ਪੁੱਛਗਿੱਛ ਕਰਦੀ ਕੋਈ ਪੜਤਾਲ ਕਰਦੀ ਕੋਈ ਮੁਕੱਦਮਾ ਕਰਦੀ ਦੱਸ ਦੇ ਦੇ ਜਵਾਬ ਤਾਂ ਮੈਂ ਪਵਾਸਿਆ ਤੈਨੂੰ ਪੁੱਛਣਾ ਚਾਹੁੰਨਾ ਇੱਕ ਕੰਮ ਤੇਰਾ ਏ ਅਗਲੀ ਤੇਰੀ ਕਰਤੂਤ ਤੂੰ ਹੋਰ ਸੁਣ ਲਾ ਸਖਪਾਲ ਸਿੰਘ ਖਹਿਰਾ ਪੰਜਾਬ ਦਾ ਉਹ ਬੇਵਾਖਤ ਤੇ ਉਹਨਾਂ ਧੜਕ ਲੀਡਰ ਜਿਹੜੇ ਨੇ ਪੰਜਾਬ ਦਾ ਹਰ ਮੁੱਦਾ ਚੱਕਿਆ ਚਾਹੇ ਸਾਡੇ ਮੁੰਡਿਆਂ ਦੇ ਯੂਪੀਐਲ ਆਇਆ ਜਾ ਗਿਆ ਚਾਹੇ ਸਾਡੇ ਮੁੰਡਿਆਂ ਤੇ ਐਨਐਸਏ ਲਾਇਆ ਗਿਆ ਤੂੰ ਤਾਂ ਕਰਤੀ ਕਰਤੂਤ ਚੱਕ ਚੱਕ ਸਾਡੇ ਮੁੰਡਿਓ ਡਿਬਰੂਗੜ ਸਿਟ ਤੇ ਐਨਐਸਏ ਲਾ ਕੇ ਝੂਠੇ ਮੁਕਦਮੇ ਦਰਜ ਕਰਕੇ ਜਲੀਲ ਕਰਕੇ ਦਹਿਸ਼ਤ ਪਾ ਕੇ ਪੈਰਾ ਮਿਲਟਰੀਆਂ ਫੋਰਸਾਂ ਮਗਾ ਕੇ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਘਰਾਂ ਚ ਬਾੜ ਕੇ ਤੂੰ ਲੋਕਾਂ ਦੇ ਅਧਿਕਾਰਾਂ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਤੂੰ ਉਹ ਸੱਟਿਆ ਮੁੰਡੇ ਲਚਾ ਕੇ ਸਾਡੇ ਕਿੰਨੇ ਨੌਜਵਾਨ ਡਿਬਰੂਗੜ ਸਿਟ ਤੇ ਕਿੰਨੇ ਪੰਜਾਬ ਦੀਆਂ ਜੇਲਾਂ ਚ ਬੰਦ ਕਰਤੇ ਜਿਹੜੇ ਆਪਣੇ ਹੱਕ ਦੀ ਗੱਲ ਕਰ ਰਹੇ ਸੀ ਤੂੰ ਦਾ ਬਣ ਗਿਆ ਬੁਸ਼ਰਤ ਬਿਆਨ ਤੇ ਨੋ ਵੀ ਟੱਪ ਗਿਆ ਤੂੰ ਦਾ ਬਣ ਗਿਆ ਸੈਂਟਰ ਦਾ ਹੱਥ ਠੋਕਾ ਸੰਦ ਬਣ ਗਿਆ ਸੰਦ ਤੈਨੂੰ ਸੈਂਟਰ ਪੰਜਾਬ ਦੇ ਖਿਲਾਫ ਵਰਤ ਰਿਹਾ ਹੈ ਪੰਜਾਬ ਦੀ ਜਵਾਨੀ ਦੇ ਖਿਲਾਫ ਵਰਤ ਰਿਹਾ ਹੈ ਸੁਖਪਾਲ ਸਿੰਘ ਖੈਰਾ ਪੰਜਾਬ ਦੇ ਲੋਕੋ ਤੁਹਾਨੂੰ ਇਹ ਕੰਨ ਦੱਸਣਾ ਚਾਹੁੰਦਾ ਹੈ ਸੁਖਪਾਲ ਸਿੰਘ ਖੈਰੇ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ ਇਸ ਭਵੰਤ ਸਰਕਾਰ ਵੱਲੋਂ ਭਵੰਤ ਵੱਲੋਂ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ ਐਸਡੀਮ ਵੱਲੋਂ ਐਸਡੀਮ ਦਾ ਕੋਈ ਸਾਰ ਨਹੀਂ ਹੁੰਦਾ ਜੋ ਸਰਕਾਰ ਨੇ ਕਹਿ ਦੋ ਪਰਚਾ ਦਰਜ ਹੋ ਜਾਂਦਾ ਉਹਦੇ ਪਰਚਾ ਦਰਜ ਕਰਾਇਆ ਕਿਉਂ ਕਿਉਂਕਿ ਆ ਜਿੰਨੇ ਕਾਂਗਰਸੀ ਤੁਰੇ ਫਿਰਦੇ ਆ ਆਪਣੇ ਆਪ ਨੂੰ ਪੰਜਾਬ ਅਤੇ ਸ਼ਿਕਾਉਂਦੇ ਆ ਨਾ ਇੱਕ ਵੀ ਬੰਦਾ ਉਹਦੇ ਹੱਕ 'ਚ ਨਹੀਂ ਬੋਲਿਆ ਇੱਕ ਵੀ ਬੰਦਾ ਦੱਸ ਦਿਓ ਆ ਕੋਈ ਰਾਜਾ ਬਣੰਗ ਹੋਵੇ ਕੋਈ ਬਾਜਬਾ ਹੋਵੇ ਕੋਈ ਹੋਰ ਐ ਨਾ ਲੀਡਰ ਹੋਵੇ ਬੋਲਿਆ ਕੋਈ ਕਿਉਂ ਨਹੀਂ ਬੋਲਿਆ ਇਹ ਸਾਰੇ ਰਲੇ ਮਿਲੇ ਨੇ ਯਾਰ ਇਹ ਸਾਰੇ ਰਲ ਮਿਲ ਕੇ ਗੇਮ ਖੇਡ ਰਹੇ ਆ ਇਹਨਾਂ ਨੂੰ ਵੀ ਆਏ ਆ ਵੀ ਕਿਸੇ ਨਾ ਕਿਸੇ ਤਰੀਕੇ ਨੂੰ ਖੈਰੇ ਨੂੰ ਖੈਰੇ ਨੂੰ ਖੁੰਝੇ ਲਾਓ ਕਿਉਂਕਿ ਖੈਰਾ ਹਮੇਸ਼ਾ ਪੰਜਾਬਦਰਦੀ ਐ ਕੌਮਦਰਦੀ ਐ ਹਮੇਸ਼ਾ ਪੰਜਾਬ ਦੇ ਪੱਖ ਦੀ ਗੱਲ ਕਰਦਾ ਕਦੇ ਉਹਨਾਂ ਡਰਿਆ ਨਾ ਝੁਕਿਆ ਪਹਿਲਾਂ ਵੀ ਉਹਦੇ ਮੁਕਦਮਾ ਦਰਜ ਹੋਇਆ ਈਡੀ ਨੇ ਮੁਕਦਮਾ ਦਰਜ ਕੀਤਾ ਜੇਲ ਵੀ ਗਿਆ ਪਰ ਝੁਕਿਆ ਨਹੀਂ ਹੁਣ ਇਹ ਲੰਡੂ ਮੁਕਦਮੇ ਦਰਜ ਕਰਕੇ ਉਹਨੂੰ ਝਕਾਉਣ ਨੂੰ ਫਿਰਦੇ ਆ ਤਾਂ ਇਸ ਕਰਕੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਖੈਰੇ ਦੇ ਉੱਤੇ ਇਹਨਾਂ ਨੇ ਹੁਣ ਇੱਕ ਹੋਰ ਧਾਰਾ ਜੋੜਤੀ ਐ ਸਲੀਮ ਵਾਲੇ ਪਰਚੇ ਦੇ ਵਿੱਚ ਜਿਹੜੀ ਮੜ ਕੇ ਜ਼ਮਾਨਤ ਯੋਗ ਨਹੀਂ ਹੈਗੀ ਉਦੀ ਜ਼ਮਾਨਤ ਨਹੀਂ ਹੋਣੀ ਇਹ ਕਿਸੇ ਵੀ ਤਰੀਕੇ ਨਾਲ ਖੈਰੇ ਨੂੰ ਅੰਦਰ ਸਿੱਟਣ ਨੂੰ ਫਿਰਦਿਆ ਕਿਉਂਕਿ ਖੈਰਾ ਇਹਨਾਂ ਦੀਆਂ ਕਰਤੂਤਾਂ ਜਗਜਹਰ ਕਰਦਾ ਹੈ ਇਹਨਾਂ ਦੇ ਮੰਤਰੀਆਂ ਦੀਆਂ ਜਿਹੜੀਆਂ ਲੀਲੀਆਂ ਫਿਲਮਾਂ ਉਹ ਖੈਰਾ ਦੇ ਕੇ ਆਇਆ ਕੱਢ ਕੇ ਆ ਜਿਹੜਾ ਇਹਨਾਂ ਦਾ ਇੱਕ ਸੰਦੀਪ ਪਾਟਕਾ ਰਾਜ ਸਭਾ ਦਾ ਮੈਂਬਰ ਹੈ ਜੋ ਲੋਕਾਂ ਨੂੰ ਆਪਣਾ ਧਮਕਾ ਰਿਹਾ ਹੈ ਕਿ ਬਖਸ਼ੇ ਨਹੀਂ ਜਾਉਂਗੇ ਜਾਉਂਗੇ ਜੇ ਜਲੰਧਰ ਆਪਾਂ ਹਰ ਗਏ ਮੈਂ ਇਕੱਲੇ ਇਕੱਲੇ ਦਾ ਹਿਸਾਬ ਲਵਾਂਗਾ ਉਹ ਵੀ ਉਹਨੇ ਜਨਤਕ ਕੀਤਾ ਜੋ ਇਹਨਾਂ ਦੀਆਂ ਅੰਦਰਲੀਆਂ ਕਰਤੂਤਾਂ ਨੇ ਇਹਨਾਂ ਦੇ ਕੱਚੇ ਕਾਲੇ ਚੱਠੇ ਨੇ ਉਹ ਖੈਰਾ ਕੱਢ ਕੇ ਲੈ ਕੇ ਆਉਂਦਾ ਹੈ ਖੜਾ ਐ ਇਸੇ ਕਰਕੇ ਚੁੱਭਦਾ ਇਹਨਾਂ ਨੂੰ ਸੋਹਣਿਆਂ ਨੇ ਖਰੇ ਦੀ ਬਹੁਤ ਧਰਾਵਾ ਲਾ ਕੇ ਉਹਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਤੇ ਉਹਨੂੰ ਫੜ ਕੇ ਵੀ ਅੰਦਰ ਸਿੱਟਣਗੇ ਤੂੰ ਯਾਦ ਰੱਖਿਓ ਤੇ ਆ ਜਿੰਨੇ ਕਾਂਗਰਸੀ ਐ ਆਪਣੇ ਆਪ ਨੂੰ ਸਾਰੇ ਪੰਜਾਬ ਦਰਦੀ ਕਹਾਉਣ ਵਾਲੇ ਵੱਡੇ ਬਣੇ ਫਿਰ ਹੁਣ ਬੰਨ੍ਹ ਕੇ ਪੱਗਾਂ ਇਹ ਕਿ ਅਸੀਂ ਕੋਈ ਬੰਦੇ ਨੇ ਖੜਨਾ ਨਹੀਂ ਪੰਜਾਬ ਦੇ ਲੋਕੋ ਜਿੱਦੇ ਕੋਈ ਖਰੇ ਦੇ ਗੱਲਬਾਤ ਆਉਂਦੀ ਆ ਆਫਤ ਆਉਂਦੀ ਆ ਨਾਲ ਦੀ ਨਾਲ ਕੋਈ ਸੱਦਾ ਮਿਲ ਜੇ ਕਿਤੇ ਕੱਠ ਦਾ ਕਿਤੇ ਹੋਰ ਦਾ ਉਦੋਂ ਸਾਰਾ ਪੰਜਾਬ ਛੜਕਾਂ ਦੇ ਚਾਹੀਦਾ ਅੱਗੇ ਆਪਾਂ ਘਰਾਂ 'ਚ ਬੈਠ ਕੇ ਬਹੁਤ ਬੰਦੇ ਗਮਾ ਲਏ ਤੁਸੀਂ ਅੱਗੇ ਵੀ ਚੁੱਪ ਕਰ ਗਏ ਅਮਰਸਪਾਲ ਦੇ ਅੱਖ 'ਚ ਹੀ ਕਿੰਨਾ ਖੜ ਗਏ ਦੂਜੇ ਮੁੰਡੇ ਸਾਡੇ ਜਿਹੜੇ ਅੰਦਰ ਦਿੱਤੇ ਸੀ ਕਿੰਨਾ ਉਹਨਾਂ ਦੇ ਹੱਕ 'ਚ ਖੜ ਗਏ ਚੁੱਪ ਕਰਕੇ ਐਂ ਡਰ ਕੇ ਘਰਾਂ 'ਚ ਬੜ ਕੇ ਨਹੀਂ ਗੱਲ ਬਣਨੀ ਨਹੀਂ ਤਾਂ ਜਿਹੜਾ ਸਾਡੇ ਪੰਜਾਬ ਲਈ ਕੋਈ ਲੜਦਾ ਕੋਈ ਬੋਲਦਾ ਸੰਘਰਸ਼ ਕਰਦਾ ਇਕੱਲੇ-ਇਕੱਲੇ ਨੂੰ ਇਕੱਲੇ-ਇਕੱਲੇ ਨੂੰ ਚੱਕ ਕੇ ਅੰਦਰ ਸਿੱਟਣਗੇ ਏ ਮੇਰੀ ਗੱਲ ਯਾਦ ਰੱਖਿਓ ਤੇ ਬਾਰੀ ਸਭ ਦੀ ਆਉਣੀ ਐ ਤੇ ਇਥੇ ਕੋਈ ਵੀ ਸਾਡੇ ਬੋਲਣ ਵਾਲੇ ਸਾਡੇ ਹੱਕਾਂ ਦੀ ਕੋਈ ਵੀ ਨਹੀਂ ਖੜਨਾ ਭਰਾਵੋ ਗੱਲ ਮੇਰੀ ਯਾਦ ਰੱਖ ਲਿਓ ਸੋ ਇਸ ਕਰਕੇ ਮੈਂ ਕਹਨਾ ਇਸ ਅਸੀਂ ਗਲਤੀਆਂ ਵਾਰ-ਵਾਰ ਨਾ ਕਰਗੇ ਅਸੀਂ ਬੰਦਾ ਗਮਾਉਣ ਤੋਂ ਬਾਅਦ ਫਿਰ ਸੋਚਦੇ ਹੁੰਨੇ ਆ ਜੋ ਚਾਹੇ ਸਾਡਾ ਬੰਦਾ ਹੋਵੇ ਇਹ ਸਟੇਟ ਮਰਵਾ ਦਿੰਦੀ ਐ ਚਾਹੇ ਸਾਡਾ ਬੰਦਾ ਚੱਕ ਕੇ ਅੰਦਰ ਸਿੱੜ ਦਿੰਦੀ ਐ ਮਗਰ ਉਹ ਜਾ ਕੇ ਹੱਥ ਮਿਲ ਜੰਨੇ ਉਹ ਪੁਸਤਾਈ ਜੰਨੇ ਯਾਰ ਉਦੋਂ ਖੜ ਜਾ ਕਰੋ ਯਾਰ ਦੋਖ ਮਨਵਾਜੀ ਵੀ ਇਸ ਗੱਲ ਦਾ ਕਿ ਅਮਰਸਪਾਲ ਵਾਲੀ ਘਟਨਾ ਤੋਂ ਬਾਅਦ ਲੋਕਾਂ ਦਾ ਜਿਵੇਂ ਚਾਹੀਦਾ ਸੀ ਬੇਕਸੂਰ ਚੱਕ ਕੇ ਐਨਐਸਏ ਲਾਤੀ ਯਾਰ ਐਡਾ ਧੱਕਾ ਅਸੀਂ ਅੱਜ ਵੀ ਨਹੀਂ ਬੋਲ ਰਹੇ ਆ ਕਿੱਥੇ ਮਰ ਗਏ ਸਾਡੇ ਪੰਥਦਰਦ ਦੀ ਬਾਈ ਕਿੱਥੇ ਪੰਜਾਬਦਰਦੀ ਆਪਣੇ ਆਪ ਨੂੰ ਕਹਾਉਣ ਵਾਲੇ ਬੋਲ ਰਿਹਾ ਕੋਈ ਇਹਦਾ ਸਾਰੇ ਖੁਸ਼ੀ ਮਨਾਉਂਦੇ ਬਠੀਕਾ ਕਿੱਥੇ ਪਤੰਦਰੋਂ ਅਮਰਸਪਾਲ ਆਪਣੇ ਆਕੇ ਸਿਰ ਤੇ ਬਹਿ ਗਿਆ ਸੀ ਸਾਡੀਆਂ ਤਾਂ ਨੇ ਰੋਜ਼ੀ ਰੋਟੀ ਬੰਦ ਕਰ ਦੁਕਾਨਾਂ ਹੀ ਬੰਦ ਕਰ ਦਿੱਤੀਆਂ ਸੀ ਇਹ ਬੰਦੇ ਨੇ ਇਹਨੂੰ ਜਵਾਬ ਲਿਓ ਜਲੰਧਰ ਵਾਲਿਓ ਜਵਾਬ ਲਿਓ ਆ ਦਲਾਲ মিডিਆ ਨੇ ਜਵਾਬ ਨਹੀਂ ਲੈਣਾ ਦਲਾਲਾਂ ਨੇ ਇਹ ਦਲਾਲ মিডিਆ ਜਿਹੜਾ ਬਕਾਊ মিডিਆ ਪੰਜਾਬ ਦਾ ਕੌਲੀ ਝੱਟ মিডিਆ 2.5 ਲੱਖ ਰੁਪਇਆ ਤੈਨੂੰ ਦੱਸ ਦੇਣਾ 2.5 ਲੱਖ ਰੁਪਇਆ ਇੱਕ ਦਿਨ ਦਾ ਇੱਕ ਚੈਨਲ ਲੈ ਰਿਆ ਇੱਕ ਇੱਕ ਦਿਨ ਦਾ ਇਹ ਝાળੂ ਇਹ ਬੌਕਰ ਪਾਰਟੀ ਦਾ ਬੰਨਿਆ ਹੋਇਆ 2.5 ਲੱਖ ਰੁਪਇਆ ਇੱਕ ਦਿਨ ਦਾ 2.5 ਲੱਖ ਇੱਕ ਚੈਨਲ ਨੂੰ ਦਿੰਦੇ ਆ ਕਿ ਤੂੰ ਸਾਡੇ ਖਿਲਾਫ ਨਹੀਂ ਕੋਈ ਖਬਰ ਚਲਾਉਣੀ ਸਾਡੇ ਵਿਰੋਧੀਆਂ ਦੀ ਨਹੀਂ ਚਲਾਉਣੀ ਸਾਡੇ ਹੱਕ ਚ ਲਾਉਣੀ ਹੈ ਇਸੇ ਕਰਕੇ ਤੁਸੀਂ ਦੇਖ ਰਹੇ ਹੋ ਆ ਜਿਹੜੇ ਆ ਐਸੇ ਮੂਸੇ ਵਾਲੇ ਦੇ ਘਰੇ ਕੌਲੀ ਚੜਦੇ ਫਿਰਦੇ ਸੀਗੇ ਉਹਦੇ ਕੁੱਤਿਆਂ ਦੀ ਰੱਖੇ ਹੋਆਂ ਦੇ ਵੀ ਪੂਛਾਂ ਚੜਦੇ ਫਿਰਦੇ ਸੀਗੇ ਮਗਰੋਂ ਇਹ ਜੀਬਾਂ ਮਾਰਦੇ ਫਿਰਦੇ ਸੀ ਆ ਮੂਸੇ ਵਾਲਾ ਕੁੱਤਾ ਆ ਮੂਸੇ ਵਾਲਾ ਟ੍ਰੈਲੀ ਆ ਆ ਟਰੈਕਟਰ ਆ ਆ ਗੱਡੀ ਆ ਆ ਫਰਾਨਾ ਟਿਮਕਾ ਇਹ ਵੋ ਕਰਦੇ ਹੀ ਨਾ ਕਿਉਂ ਉਦੋਂ ਪੈਸੇ ਕਮਾਉਣੇ ਸੀ ਵਿਊ ਲੈਣੇ ਸੀ ਇਹ ਉਹ ਕਤੀੜਾਂ ਨੇ ਇਹ ਉਹ ਗਿਰਜਾਂ ਨੇ ਜਿਹੜੀਆਂ ਪੰਜਾਬ ਦੇਆਂ ਲਾਸ਼ਾਂ ਦੇ ਉੱਤੇ ਆਪਣੀਆਂ ਰੋਟੀਆਂ ਸੇਕ ਰਹੀਆਂ ਨੇ ਪੰਜਾਬ ਦੀ ਜਬਾਨੀ ਤੇ ਦਲਾਲ ਆ ਕੌਲੀ ਚੱਟ ਮੀਡੀਆ ਕਿਹੜਾ ਮੀਡੀਆ ਉਹ ਜਿਹੜਾ ਕਵਰ ਕਰ ਰਿਆ ਮੂਸੇ ਦੇ ਪਿਓ ਨੂੰ ਅੱਜ ਕਿੰਨੇ ਕਿ ਮਰ ਗਏ ਤੁਸੀਂ ਲੈਣਾ ਲੱਗੀਆਂ ਉਹਦੇ ਘਰੇ ਜਦੋਂ ਉਹਦੀ ਮੌਤ ਹੋਈ ਐ ਸਸਕਾਰ ਹੋਇਆ ਦਾ ਭੋਗ ਪਿਆ ਉਹਦੀ ਵਰਸੀ ਮਨਾਈ ਹੁਣ ਵੀ ਨਹੀਂ ਹਟਦੇ ਜਾ ਕੇ ਇੰਟਰਵਿਊਆ ਕਰਦੇ ਆ ਫਲਾਨਾ ਉਥੇ ਗਿਆ ਕਾ ਆ ਗਿਆ ਠਿੰਕਾ ਆ ਗਿਆ ਇਹ ਸਾਰਾ ਦਿਖਾਉਨੇ ਆ ਹੁਣ ਕੀ ਹੋ ਗਿਆ ਅੱਜ ਕਿੰਨੇ ਕਿ ਮੀਡੀਆ ਨੇ ਚਲਾਈ ਆ ਗੱਲ ਇਹ ਵੀ ਮੂਸੇ ਵਾਲੇ ਦੇ ਪਿਓ ਦਾ ਕੀਤਾ ਹੋਇਆ ਕਾਫਲੇ ਦੇ ਵਿੱਚ ਇਕੱਠ ਆ ਪੁਲਿਸ ਨੇ ਖਦੇੜਿਆ ਭਵੰਤਮਾਨ ਨੇ ਖਦੇੜਿਆ ਕਿਉਂ ਨਹੀਂ ਬੋਲਦੇ ਇਹਨਾਂ ਦੇ ਮੂੰਹ 'ਚ ਬੁਰਕੀ ਪਾਤੀ ਬਾਈ ਬੁਰਕੀ ਇਹ ਜੀਭਾਂ ਮਾਰਦੇ ਆ ਚੜਦੇ ਆ ਜਾ ਕੇ ਚੱਪਲਾਂ ਚੜਦੇ ਆ ਜਾ ਕੇ ਜੋ ਪੰਜਾਬ ਦੇ ਲੋਕੋ ਇਹ ਇਹ ਮੇਰੀ ਗੱਲ ਯਾਦ ਰੱਖੋ ਇਹ 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 ਸਭ ਤੋਂ ਖਤਰਨਾਕ ਹੈ ਇਹਦਾ ਕੇਜਰੀਵਾਲ ਸਭ ਤੋਂ ਖਤਰਨਾਕ ਆ ਇਹ ਜੋ ਪੰਜਾਬ ਨਾਲ ਕਹਿੰਦਾ ਨਾ ਆ ਕੇ ਧਮਕੀਆਂ ਦਿੰਦਾ ਕਿ ਨਹੀਂ ਦਿੰਦਾ ਕਿ ਕੋਈ ਗੱਲ ਨਹੀਂ ਸਰਕਾਰ ਤਾਂ ਸਾਡੀ ਆ ਕੰਮ ਤਾਂ ਸਾਡੇ ਕੋਲੋਂ ਲੈਣਾ ਲੈ ਦੱਸ ਤੂੰ ਕਿਹੜੇ ਵਾਗ ਦੀ ਮੂਲੀ ਓਥੇ ਤਾਂ ਅਨੇਕਾਂ ਤੌਰ ਤੇ ਪੰਜਾਬ ਦੀ ਧਰਤੀ ਦੇ ਦਾ ਬਹਿਰੇ ਅਥਤ ਕਹਿੰਦੇ ਕਹੋਂ ਦੇ ਖੱਬੀ ਖਾਨ ਆਏ ਆ ਸੋ ਪੰਜਾਬ ਦੇ ਲੋਕੋ ਇਹ ਇਹ ਅੱਜ ਮੈਂ ਗੱਲ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਆ ਜਦੋਂ ਉੱਥੇ ਨੌਜਵਾਨਾਂ ਨੂੰ ਧੱਕੇ ਮਾਰ ਕੇ ਪੁਲ ਦੇ ਥੱਲੋਂ ਪੁਲਿਸ ਭਜਾ ਰਹੀ ਸੀ ਧੱਕੇ ਮਾਰ ਕੇ ਉੱਥੇ ਲੋਕ ਕਿਉਂ ਨਹੀਂ ਬੈਠੇ ਸੜਕ ਤੇ ਯਾਰ ਇੰਨੇ ਇੰਨੀ ਬੁਇਦਰੀ ਨਾ ਯਾਰ ਦਿਖਾਓ ਤੁਸੀਂ ਕਹ ਹਾਂ ਯਾਰ ਖੜੇ ਜਾਂ ਦਿਓ ਕਿਹੜਾ ਪਰਚਾ ਦੇਣਾ ਲੈ ਜੋ ਫੜ ਕੇ ਉਹਦੇ ਪੁਲਿਸ ਨੇ ਇੱਕ ਆਦੀ ਬੋਲਤਾ ਰਾਉਂਡ ਅਪ ਕਰ ਲਾਂਗੇ ਜੀ ਫੜ ਲਾਂਗੇ ਜੀ ਕਾ ਫੜ ਲੋ ਯਾਰ ਕਿੰਨਾ ਕਿੰਨੂ ਫੜ ਦੇਣਗੇ ਇਹ ਜਦੋਂ ਆਇਆ ਕੱਲੇ ਕੱਲੇ ਨਿਕਲ ਜਾਂਦੇ ਨੇ ਫਿਰ ਕੱਲੇ ਕੱਲੇ ਨੂੰ ਡਰਾ ਲੈਂਦੇ ਆ ਇਹ ਤੇ ਆ ਮੂਸੇ ਵਾਲੇ ਦੇ ਜੇ ਮੂਸੇਲ ਨੂੰ ਅਨਸਾਫ਼ ਦਿਵਾਉਣਾ ਚਾਹੁੰਦੇ ਆ ਬਾਕੀ ਦਰਦ ਹੈਗਾ ਉਸ ਪੰਜਾਬ ਦੇ ਪੁੱਤ ਦਾ ਉਹ ਉਹ ਬਲਕੌਰ ਸਿੰਘ ਦਾ ਮਾਦਾ ਚਰਨ ਕਾ ਉਹਦਾ ਪੁੱਤ ਨਹੀਂ ਮਰਿਆ ਉਹ ਪੂਰੇ ਪੰਜਾਬ ਦਾ ਪੁੱਤ ਮਰਿਆ ਇਹਨਾਂ ਇਹਦੀ ਸਰਕਾਰ 'ਚ ਬੈਠੇ ਕਾਤਲਾ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਬੰਦਾ ਇਹ ਵਿਚਾਰ ਰਿਹਾ ਬਲ ਤੇਜ ਪੰਨੂ ਇਹ ਤਾਂ ਨਾ ਮੁਸੇਲ ਦੇ ਪਿਓ ਨੇ ਕਈ ਵਾਰੀ ਲਿਆ ਕਿ ਉਹ ਤਰਾ ਉੱਥੇ ਮੀਡੀਆ ਸਲਾਹਕਾਰ ਬਣਿਆ ਹੋਇਆ ਨਾਲ ਬੈਠਦਾ ਔੜਦਾ ਹੱਥ ਨੇ ਸਭ ਕੁਝ ਸਾਂਝਾ ਕਰਦੇ ਆ ਇਹ ਬੈਠ ਕੇ ਉਹ ਬੰਦਾ ਇੱਕ ਦੋ ਬੰਦੇ ਹੋਰ ਆ ਜਿਹੜੇ ਮੁਸੇਲ ਦੇ ਬਾਪੂ ਨੇ ਨਾਂ ਲਏ ਆ ਹਨਸਾਫ ਲੈਣ ਲਈ ਗਿਆ ਇਹ ਪਤਾ ਇਹਨਾਂ ਨੇ ਹੋਰ ਕੀ ਮਾਹੌਲ ਚਲਾਇਆ ਆ ਇਹਨਾਂ ਦਾ ਇੱਕ ਚੀਮਾ ਮੰਤਰੀ ਇਹ ਜਿਆਦੇ ਮਰੇ ਹੋਏ ਪੁੱਤ ਦੇ ਕਹਣਾ ਸਿਆਸਤ ਕਰਨ ਗਿਆ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਦਾ ਮਰੇ ਨਾ ਇਦਾਂ ਮਰਦਾ ਪਤਾ ਉਹਨੂੰ ਲੱਗਦਾ ਹੈ ਇਹਨਾਂ ਨੇ ਇਹਨਾਂ ਦੇ ਆਈਟੀ ਸੈੱਲ ਨੇ ਇੱਕ ਟ੍ਰੈਂਡ ਚਲਾਤਾ ਪੋਸਟਾਂ ਪਾ ਪਾ ਕੇ ਸੋਸ਼ਲ ਮੀਡੀਆ ਵਿੱਚ ਮਹਿਮ ਮਚਲਾਈ ਹੋਈ ਹੈ ਕਿ ਮੂਸਰੋਂ ਦੇ ਕਾਂਗਰਸ ਨੂੰ ਜਿਤਾਉਣ ਗਿਆ ਫਲਾਣੇ ਨੂੰ ਜਿਤਾਉਣ ਗਿਆ ਉਹਨੇ ਕਾਂਗਰਸ ਦਾ ਨਾਮ ਲਿਆ ਉਹਨੇ ਪੰਜੇ ਦਾ ਨਾਮ ਲਿਆ ਉਹਨੇ ਤਾਂ ਇਹ ਵੀ ਕਿਹਾ ਵੀ ਭਾਵੇਂ ਨੋਟਾ ਨੂੰ ਪਾ ਦਿਓ ਯਾਰ ਨਾ ਪਾਓ ਕਿਸੇ ਨੂੰ ਪਰ ਇਹਨਾਂ ਨੂੰ ਸਬਕ ਸਿਖਾਓ ਜਿਹਦੇ ਜ਼ਿਆਦੇ ਭੂਤ ਸਵਾਰ ਹੋਇਆ ਫਤੂਰ ਚੜਿਆ ਜਿਹਨੂੰ ਜਾਰੇ ਨਸ਼ਾ ਚੜਿਆ ਹੋਇਆ ਸਤਾ ਦਾ ਪਾਵਰ ਦਾ ਇਹਨੂੰ ਸਬਕ ਸਿਖਾਓ ਸੰਰੂਰ ਸਖਾਈ ਸੀ ਤੁਸੀਂ ਜਿਮਨੀ ਚੌਂਕ ਚ ਜਲੰਧਰ ਵਾਲਿਓ ਮੌਕਾ ਤੁਹਾਡੇ ਕੋਲੇ ਆ ਬਾਈ ਇਹ ਸਭ ਤੋਂ ਜ਼ਿਆਦਾ ਮਾਰੇ ਆ ਯਾਰ ਮੈਂ ਕਹਿੰਦਾ ਮਾਰੇ ਦਾ ਸਾਰੀ ਨਹੀਂ ਯਾਰ ਇਹ ਪੰਜਾਬ ਦਾ ਕੋਈ ਵੀ ਨਹੀਂ ਹੋਇਆ ਪੰਜਾਬ ਸਾਰਿਆਂ ਦਾ ਹੀ ਹੋਇਆ ਇਹਨਾਂ ਨੇ ਲੁੱਟਿਆ ਹੀ ਆ ਪੰਜਾਬ ਨੂੰ ਤੁਸੀਂ ਕਰਕੇ ਬਾਈ ਅਪੀਲ ਆ ਬੇਸ਼ੱਕ ਉਸ ਰਿਕਾਰਡ ਬਣ ਜੇ ਉਹ ਨੋਟ ਆ ਜਾ ਦਬਦਿਆ ਕਰੋ ਪਰ ਇਹਨਾਂ ਦੀ ਧੌਣ ਚ ਕਿੱਲਾ ਕੱਢ ਦਿਓ ਇਹ ਸੌ ਨੂੰ ਟੱਪ ਗਏ ਯਾਰ ਹੈਰਾਨ ਮੈਂ ਤਾਂ ਹੱਦਾਂ ਐਨੀ ਥੱਕੇ ਸ਼ਹੀ ਯਾਰ ਸ਼ਰਿਆਂ ਮੇ ਯਾਰ ਤੁਸੀਂ ਲੋਕਾਂ ਨੂੰ ਐ ਦਬਕਾਈ ਜਾਂਦੇ ਹੋ ਰੋਕੀ ਜਾਂਦੇ ਹੋ ਸ਼ਰਿਆਂ ਆ ਮਾ ਕੇ ਥੋੜੀ ਆਜੀ ਕਹਿੰਦਾ ਮੂਸਲ ਦੇ ਪਿਓ ਨੂੰ ਕਿ ਤੂੰ ਜਲੰਧਰ ਨਹੀਂ ਜਾਣਾ ਕਿਉਂ ਬਈ ਕਿਤੇ ਪਿਓ ਦਾ ਜਲੰਧਰ ਵੀ ਕੋਈ ਜਾਵੇ ਨਾ ਤੇ ਇਸ ਕਰਕੇ ਅਪੀਲ ਆ ਬਈ ਜਲੰਧਰ ਵਾਲਿਓ ਜਿਹਨੂੰ ਮਰਜ਼ੀ ਪਾਓ ਚਾਹੇ ਨੋਟਾ ਨੂੰ ਪਾਓ ਪਰ ਇਹਨਾਂ ਨੂੰ ਇੱਕ ਵਾਰੀ ਦਿਖਾ ਦਿਓ ਨਹੀਂ ਜਾਦੇ ਚਾਂਬਲਣਗੇ ਜਾਦੇ ਲਾਚੜਨਗੇ ਫਿਰ ਦਿੱਲੀ ਵਾਲੇ ਹੋਰ ਜਾਦੇ ਜ਼ੁਲਮ ਸਾਡੇ ਤੇ ਪੰਜਾਬ ਦੇ ਲੋਕਾਂ ਦੇ ਕਰਨਗੇ ਸਭ ਨੂੰ ਇਹ ਇਕੱਲੇ ਇਕੱਲੇ ਨੂੰ ਇਹ ਨਿਸ਼ਾਨੇ ਤੇ ਲੈ ਰਹੇ ਨੇ ਜੇ ਚਾਹੁੰਦੇ ਆ ਮੂਸੇ ਵਾਲੇ ਦੇ ਪਿਓ ਨੂੰ ਇਨਸਾਫ ਮਿਲੇ ਉਹਦੀ ਰੂਹ ਨੂੰ ਇਨਸਾਫ ਮਿਲੇ ਉਹਦੀ ਆਤਮਾ ਨੂੰ ਇਨਸਾਫ ਮਿਲੇ ਤੇ ਇਹ ਇਹਨਾਂ ਇਹਨਾਂ ਨੂੰ ਨੱਥ ਪਾਵੇ ਜਿਹੜਾ ਇਹ ਝੂਠੇ ਮੁਕਾਦਮੇ ਦਰਜ ਕਰ ਰਹੇ ਆ ਤਾਂ ਫੇਰ ਭਾਈ ਅੱਛੇ ਸਾਬ ਕੋ ਸਿਖਾਉਣਾ ਸੋਡੀ ਜ਼ਮੀਰ ਦਾ ਜਲੰਧਰ ਵਾਲੇ ਨੂੰ ਪਤਾ ਲੱਗ ਜਾਣਾ ਕਿ ਤੁਸੀਂ ਕਿਤਿਆਂ ਕਿਯੋਗ ਨੇ ਕਿੱਥੇ ਖੜੇ ਹੋ ਧੰਨਵਾਦ